ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਯਾਰ ਅੱਜ ਤੋਂ 4.5 ਸਾਲ ਪਹਿਲਾਂ ਜਦੋਂ ਮੈਂ ਸਿੰਗਾਪੁਰ ਆਇਆ ਸੀ ਤਾਂ ਬਿਲਕੁਲ ਦਿਲ ਨਹੀਂ ਲੱਗਦਾ ਸੀ, ਅਤੇ ਜੇ ਕਿਤੇ ਦਿਲ ਲੱਗਦਾ ਸੀ ਤਾਂ ਗੁਰੂ ਘਰ ਜਾ ਕੇ, ਉੱਥੇ ਜਾ ਕੇ ਦਿਲ ਨੂੰ ਬੜਾ ਸਕੂਨ ਮਿਲਦਾ ਸੀ। ਅਤੇ ਮੇਰੀ ਇਸ ਗੱਲ ਨਾਲ ਜਿਹੜੇ ਬੰਦੇ ਬਾਹਰ ਬੈਠੇ ਨੇ ਉਹ ਪੱਕਾ ਰਿਲੇਟ ਕਰਨਗੇ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਗੁਰੂ ਘਰ ਦੀ ਕੀ ਅਹਿਮੀਅਤ ਆ। ਵੈਸੇ ਤਾਂ ਯਾਰ ਸਿੰਗਾਪੁਰ ਦੇ ਵਿੱਚ ਟੋਟਲ 7 ਗੁਰੂ ਘਰ ਨੇ, ਸਾਰੇ ਹੀ ਗੁਰੂ ਘਰ ਬਹੁਤ ਵਧੀਆ ਨੇ, ਬਟ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਿਲਟਰੋਰ ਸਿੱਖ ਗੁਰੂ ਘਰ, ਜੋ ਕਿ ਸਿੰਗਾਪੁਰ ਦੇ ਬੋਕਟ ਮਹਿਰਾ ਦੇ ਵਿੱਚ ਪੈਂਦਾ ਅਤੇ ਔਟਰਮ ਪਾਰਕ ਸਟੇਸ਼ਨ ਲੱਗਦਾ। ਸਿੰਗਾਪੁਰ 'ਚ ਆਉਣ ਵਾਲੇ ਪਹਿਲੇ ਸਿੱਖ ਭਾਈ ਮਹਾਰਾਜ ਸਿੰਘ ਜੀ ਸੀ, ਜੋ ਕਿ ਫਰੀਡਮ ਫਾਈਟਰ ਸੀ। 1850 ਦੇ ਵਿੱਚ ਬ੍ਰਿਟਿਸ਼ਾਂ ਦੁਆਰਾ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਅਤੇ ਇੱਥੇ ਦੀ ਔਟਰਮ ਪਾਰਕ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ। ਫਿਰ ਕੈਂਸਰ ਦੇ ਕਾਰਨ 1856 ਦੇ ਵਿੱਚ ਜੇਲ੍ਹ 'ਚ ਹੀ ਉਹ ਅਕਾਲ ਚਲਾਣਾ ਕਰ ਜਾਂਦੇ ਨੇ, ਅਤੇ ਉਸ ਤੋਂ ਬਾਅਦ ਉੱਥੇ ਉਹਨਾਂ ਦੀ ਸਮਾਧ ਬਣਾਈ ਜਾਂਦੀ ਆ, ਜੋ ਕਿ 1966 ਦੇ ਵਿੱਚ ਰੀਲੋਕੇਟ ਕਰਕੇ ਸਿਲਟ ਰੋਡ ਸਿੱਖ ਗੁਰੂ ਘਰ ਦੇ ਨਾਲ ਹੀ ਬਣਾ ਦਿੱਤੀ ਜਾਂਦੀ ਆ, ਜਿਵੇਂ ਕਿ ਉਹ ਅੱਜ ਵੀ ਆ। 1881 ਦੇ ਵਿੱਚ ਪਹਿਲੀ ਵਾਰ ਸਿੱਖ ਸੈਨਾ ਦੀ ਟੁਕੜੀ ਬ੍ਰਿਟਿਸ਼ ਆਰਮੀ ਦੁਆਰਾ ਸਿੰਗਾਪੁਰ 'ਚ ਲਿਆਂਦੀ ਜਾਂਦੀ ਆ, ਅਤੇ ਉਹਨਾਂ ਨੂੰ ਤੰਜੋਗ ਪਾਗਰ ਦੇ ਵਿੱਚ ਪੋਸਟਿੰਗ ਦਿੱਤੀ ਜਾਂਦੀ ਆ, ਅਤੇ ਉਹਨਾਂ ਦੀਆਂ ਧਾਰਮਿਕ ਲੋੜਾਂ ਨੂੰ ਦੇਖਦੇ ਹੋਏ ਉੱਥੇ ਉਹਨਾਂ ਨੂੰ ਦੋ ਛੋਟੇ ਛੋਟੇ ਸਥਾਨ ਪਰਲਸ ਹਿੱਲ ਅਤੇ ਤੰਜੋਗ ਪਾਗਰ ਦੇ ਵਿੱਚ ਦਿੱਤੇ ਜਾਂਦੇ ਨੇ। 1912 ਦੇ ਵਿੱਚ ਸਿੱਖ ਪੁਲਿਸ ਅਧਿਕਾਰੀਆਂ ਨੇ ਸਰਕਾਰ ਤੋਂ ਵੱਡਾ ਗੁਰਦੁਆਰਾ ਬਣਾਉਣ ਲਈ ਜਗ੍ਹਾ ਦੀ ਮੰਗ ਕੀਤੀ, ਜੋ ਕਿ ਫਾਈਨਲੀ ਜਾ ਕੇ ਉੱਨੀ ਦੇ ਵਿੱਚ $16,800 ਦੇ ਕੇ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਜਾਂਦੀ ਆ, ਅਤੇ ਇਹ ਜਗ੍ਹਾ ਹੁੰਦੀ ਆ ਸਿਲਟ ਰੋਡ ਸਿੱਖ ਗੁਰੂ ਘਰ। ਇਹ ਉਹੀ ਜਗ੍ਹਾ ਆ ਜਿੱਥੇ ਅੱਜ ਕੱਲ੍ਹ ਸਿਲਟ ਰੋਡ ਸਿੱਖ ਗੁਰੂ ਘਰ ਬਣਿਆ। ਸਿੰਗਾਪੁਰ ਦਾ ਪਹਿਲਾ ਗੁਰਦੁਆਰਾ ਸੀ ਜਿਹੜਾ ਆਰਚੀਟੈਕਟਰਾਂ ਦੀ ਹੈਲਪ ਨਾਲ ਪੰਜਾਬ ਦੇ ਗੁਰੂ ਘਰਾਂ ਵਰਗਾ ਗੁਰੂ ਘਰ ਬਣਾਇਆ ਗਿਆ ਸੀ, ਅਤੇ ਫਾਈਨਲੀ ਜਾ ਕੇ 1924 ਦੇ ਵਿੱਚ ਗੁਰੂ ਘਰ ਦੀ ਕੰਸਟਰਕਸ਼ਨ ਦਾ ਕੰਮ ਕੰਪਲੀਟ ਹੋਇਆ। 1942 ਤੋਂ 1945 ਦੇ ਦੌਰਾਨ ਜਦੋਂ ਜਪਾਨ ਨੇ ਸਿੰਗਾਪੁਰ 'ਤੇ ਹਮਲਾ ਕਰਿਆ, ਇਹ ਬ੍ਰਿਟਿਸ਼ ਆਰਮੀ ਦੇ ਵਿੱਚ ਸਿੱਖ ਸੋਲਜਰ ਸੀ, ਉਹਨਾਂ ਨੇ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ। ਇੱਥੋਂ ਦੇ ਜਿਹੜੇ ਲੋਕਲ ਸੀ ਸਿੰਗਾਪੁਰੀਅਨ ਮਲੇ, ਉਹਨਾਂ ਨੂੰ ਡਿਫੈਂਡ ਕੀਤਾ, ਅਤੇ ਉਸ ਯੁੱਧ ਦੇ ਦੌਰਾਨ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੇ ਸਟੈਚੂ ਅੱਜ ਵੀ ਸਿੰਗਾਪੁਰ ਦੇ ਵਿੱਚ ਨੇ। 1990 ਦੇ ਵਿੱਚ ਸੰਗਤ ਦੇ ਵੱਧਦੇ ਹੋਏ ਪਿਆਰ ਨੂੰ ਦੇਖ ਕੇ ਗੁਰੂ ਘਰ ਨੂੰ ਰੀਬਿਲਡ ਕਰਨ ਦਾ ਫੈਸਲਾ ਕੀਤਾ ਗਿਆ, ਬਟ ਗੁਰੂ ਘਰ ਦਾ ਜਿਹੜਾ ਫਰੰਟ ਸੀ ਉਹ ਹਿਸਟੋਰੀਕਲ ਆਈਕਨ ਦੇ ਤੌਰ 'ਤੇ ਸੇਮ ਰੱਖਿਆ, ਬਟ ਪਿੱਛੋਂ ਜਿਹੜਾ ਗੁਰੂ ਘਰ ਸੀ ਉਹ ਸਾਰਾ ਰੀਬਿਲਡ ਕਰਤਾ ਗਿਆ ਸੀ। 23 ਅਕਤੂਬਰ 1995 ਦੇ ਵਿੱਚ ਕਰਤਾਰ ਸਿੰਘ ਠਕਰਾਲ ਦੁਆਰਾ ਆਫੀਸ਼ੀਅਲੀ ਗੁਰੂ ਘਰ ਦੀ ਓਪਨਿੰਗ ਸੈਰਮਨੀ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਨਾਲ ਭਾਈ ਮਹਾਰਾਜ ਸਿੰਘ ਜੀ ਮੈਮੋਰੀਅਲ ਵੀ ਬਣਾਇਆ ਗਿਆ, ਜੋ ਕਿ ਤੁਸੀਂ ਦੇਖੋਗੇ ਅੱਜ ਵੀ ਸਿੰਗਾਪੁਰ ਦੇ ਵਿੱਚ ਉਹ ਇੱਦਾਂ ਹੀ ਹੈ। ਉਸ ਤੋਂ ਬਾਅਦ ਭਾਈ ਮਹਾਰਾਜ ਸਿੰਘ ਜੀ ਮੈਮੋਰੀਅਲ ਨੂੰ ਵੀ ਰੀਬਿਲਡ ਕੀਤਾ ਗਿਆ, ਜਿਸ ਦੀ ਓਪਨਿੰਗ ਸੈਰਮਨੀ 3 ਜੁਲਾਈ 2010 ਵਿੱਚ ਸਿੰਗਾਪੁਰ ਦੇ ਮਿਨਿਸਟਰ ਈ ਕੁਆਨ ਯੂ ਦੁਆਰਾ ਕੀਤੀ ਗਈ। 1999 ਦੇ ਵਿੱਚ ਸਿਲਟ ਰੋਡ ਸਿੱਖ ਗੁਰੂ ਘਰ ਨੂੰ ਨੈਸ਼ਨਲ ਹੈਰੀਟੇਜ ਬੋਰਡ ਦੁਆਰਾ ਇੱਕ ਹਿਸਟੋਰੀਕਲ ਸਾਈਟ ਡਿਕਲੇਅਰ ਕਰਤਾ ਗਿਆ ਸੀ। ਮੇਰੀ ਜ਼ਿੰਦਗੀ ਦੇ ਵਿੱਚ ਯਾਰ ਪਰਸਨਲੀ ਬਹੁਤ ਵੱਡਾ ਰੋਲ ਹੈ ਇਸ ਗੁਰੂ ਘਰ ਦਾ, ਅਤੇ ਇਸ ਗੁਰੂ ਘਰ ਦੀ ਮੰਨਤ ਵੀ ਬਹੁਤ ਆ। ਅਤੇ ਹੋਪ ਛੋਟੀ ਜਿਹੀ ਕੋਸ਼ਿਸ਼ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ, ਅਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ 'ਚ।